ਸਾਡੀ ਸੋਚ ਤਾਂ ਇਹ ਆ ਵੀ ਹੌਲੀ ਹੌਲੀ ਇਹ ਜਨ ਅੰਦੋਲਨ ਜੇ ਸੈਂਟਰ ਸਰਕਾਰ ਨੇ ਨਾ ਸਮਾਪਤ ਕੀਤਾ ਤਾਂ ਇਕੱਲੇ ਖੇਤੀ ਦੀਆਂ ਮੰਗਾਂ ਨੂੰ ਵੱਧ ਕੇ ਇਹ ਸਾਰੇ ਮੁਲਕ ਦੇ ਜੋ ਇਸ ਵੇਲੇ ਦੇ ਡਿਮਾਂਡਾਂ ਉਹ ਸਾਰੀਆਂ ਇਸ ਇਹਨਾਂ ਸਟੇਜਾਂ ਤੋਂ ਹੀ ਮੰਗੀਆਂ ਜਾਣਗੀਆਂ। ਘੁੰਮਣਾ ਹੀ ਨਹੀਂ ਜੀ, ਸਾਰੇ ਇੱਥੇ ਚਲੋ ਆਪਣੇ ਇੱਥੇ ਆਉਂਦੇ ਆ, ਸਾਰੇ ਦਿੱਲੀ ਦੇ ਵੀ ਲੋਕ ਛਕਦੇ ਆ ਜੀ ਇੱਥੇ, ਜਿਹੜੇ ਕੋਈ ਫੈਕਟਰੀਆਂ ਵਾਲੇ ਕੋਈ ਵੀ ਆ, ਕਿਸੇ ਨੂੰ ਨਾ ਨਹੀਂ, ਸਾਰਿਆਂ ਲਈ ਲੰਗਰ ਖੁੱਲ੍ਹਾ ਜੀ। ਐਸੇ ਲੋਕ ਹੈ ਇਹ, ਪਰ ਹੁਣ ਦੇਖ ਲਿਆ, ਅੱਖੀਂ ਦੇਖ ਕੇ ਗਿਆ ਹੈ, ਉਸਨੇ ਮੇਰੇ ਧੰਨਵਾਦ ਕੀਆ ਵੀ ਬਾਈ ਸਾਹਿਬ ਵੀ ਬਹੁਤ ਅੱਛਾ ਹੈ ਕੰਮ, ਦੇਖ ਲਿਆ ਜ਼ਿੰਦਗੀ ਮੈਂ ਨਹੀਂ ਸੁਣਾ ਥਾ ਵੀ ਹਮਕੋ ਦੇਖਣੇ ਕਾ ਵੀ ਮੌਕਾ ਮਿਲ ਗਿਆ। ਇਸ ਕਰਕੇ ਇਹ ਸਰਕਾਰਾਂ ਨੂੰ ਇਹ ਮੈਸੇਜ ਆ, ਚਲੋ ਉਹਨਾਂ ਰੱਬ ਵੱਲੋਂ ਹੀ ਇਹ ਗੱਲ ਹੋਈ ਆ, ਸਾਰਿਆਂ ਦੇ ਮਨਾਂ ਵਿੱਚ ਇਹ ਚੀਜ਼ ਆਈ ਆ ਵੀ ਅਸੀਂ ਆਉਣਾ, ਅੰਦੋਲਨ ਦਾ ਹਿੱਸਾ ਬਣ ਗਿਆ, ਮੀਡੀਆ ਨੇ ਇਹ ਇਤਿਹਾਸ ਲਿਖਿਆ ਜਾਊ, ਇਤਿਹਾਸ ਦੇ ਵਿੱਚ ਹੋਊਗਾ ਵੀ ਇਹਨਾਂ ਸਰਕਾਰਾਂ ਦਾ ਨਹੀਂ ਕੋਈ ਦੋਸ਼, ਰੱਬ ਵੱਲੋਂ ਹੀ ਹੋਇਆ ਵੀ ਲੋਕਾਂ ਨੂੰ ਦਿਖਾਇਆ ਜਾਊਗਾ ਵੀ ਪੰਜਾਬੀ ਇੱਕ ਐਸੀ ਕੌਮ ਆ ਵੀ ਇਹਦੇ ਵਿੱਚ ਕਈ ਕਮੀਆਂ ਜਿਹੜੀਆਂ ਹੁਣ ਦੂਰ ਹੋਣਗੀਆਂ। ਤੁਸੀਂ ਦੇਖ ਰਹੇ ਹੋ TVNRI ਅਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਅੱਜ 7ਵਾਂ ਦਿਨ ਹੋ ਗਿਆ ਅਤੇ ਕਿਸਾਨ ਦਿੱਲੀ ਸੀਮਾ ਦੇ ਉੱਪਰ ਡਟੇ ਹੋਏ ਨੇ। ਕੱਲ੍ਹ ਕਿਸਾਨ ਜਥੇਬੰਦੀਆਂ ਦੀ ਇੱਕ ਵਾਰਤਾ ਹੋਈ ਹੈ ਕੇਂਦਰ ਸਰਕਾਰ ਦੇ ਨਾਲ ਅਤੇ ਬੇਸਿੱਟਾ ਰਹੀ ਹੈ ਉਹ ਮੀਟਿੰਗ, ਹੁਣ ਕੱਲ੍ਹ ਨੂੰ ਫਿਰ ਮੀਟਿੰਗ ਹੋਣੀ ਹੈ। ਕਿਸਾਨ ਜਥੇਬੰਦੀਆਂ ਇਸ ਵੇਲੇ ਜਿਹੜਾ ਆਪਣਾ ਵਿਚਾਰ ਵਿਮਰਸ਼ ਕਰਦੀਆਂ ਪਈਆਂ ਨੇ ਕਿ ਮੀਟਿੰਗ ਦੇ ਵਿੱਚ ਕੀ ਹੋਣ ਵਾਲਾ ਅਤੇ ਵੱਡਾ ਸਮਰਥਨ ਖੇਡਾਂ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਤੋਂ ਇਹਨਾਂ ਧਰਨਿਆਂ ਪ੍ਰਦਰਸ਼ਨ ਨੂੰ ਮਿਲਿਆ। ਸਾਡੇ ਨਾਲ ਇਹ ਦੁਆਬਾ ਖੇਤਰ ਦੇ ਵੱਡੇ ਜਿਹੜੇ ਕਬੱਡੀ ਖਿਡਾਰੀ ਨੇ, ਵੱਡੇ ਕਬੱਡੀ ਪ੍ਰਮੋਟਰ ਨੇ, ਉਹ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਖਾਸ ਗੱਲ ਇਹ ਵੀ ਹੈ ਕਿ ਹੁਣ ਬਹੁਤ ਵੱਡਾ ਸਮਰਥਨ ਮਿਲ ਰਿਹਾ। ਮੈਂ ਆਪਣੇ ਖੁਦ ਦੀ ਪਿੰਡ ਦੀ ਗੱਲ ਕਰਾਂ ਜਿੱਥੋਂ ਇੱਕ ਵੀ ਬੰਦੇ ਦੇ, ਇੱਕ ਵੀ ਕਿਸਾਨ ਦੇ ਆਉਣ ਦੀ ਉਮੀਦ ਨਹੀਂ ਸੀ। ਅੱਜ ਸਵੇਰੇ ਮੈਨੂੰ ਇੱਕ ਕਾਫਲਾ ਮਿਲਿਆ 30 ਤੋਂ 40 ਕਿਸਾਨਾਂ ਦਾ, ਤੋਂ ਹਰ ਪਿੰਡ 'ਚੋਂ ਹੁਣ ਕਿਸਾਨ ਆਉਣੇ ਸ਼ੁਰੂ ਹੋ ਗਏ ਨੇ। ਸਾਡੇ ਨਾਲ ਟੋਨੀ ਰੁੜਕਾ ਜਿਹਨੇ ਮੇਜਰ ਕਬੱਡੀ ਲੀਗ ਦੇ ਇਹ ਉਹਨੂੰ ਸਪੋਰਟ ਕਰਦੇ ਨੇ, ਇਹ ਟੋਨੀ ਜੀ ਲਗਾਤਾਰ ਜਿਹੜੇ ਖਿਡਾਰੀ ਪਹੁੰਚ ਰਹੇ ਨੇ ਅਤੇ ਮੰਗੀ ਬੱਗਾ ਪਿੰਡ ਜਿਹੜੇ ਤੁਹਾਡੇ ਨਾਲ ਦੇ ਖਿਡਾਰੀ ਨੇ ਉਹ ਵੀ ਕਾਫੀ ਦਿਨਾਂ ਤੋਂ ਆਏ ਆ, ਤੁਸੀਂ ਵੀ ਕਾਫੀ ਦਿਨਾਂ ਤੋਂ ਆਏ ਆ, ਪਰ ਜਿਹੜੀ ਸਰਕਾਰ ਆ ਉਹਦੇ ਕੰਨਾਂ ਦੇ ਕੋਈ ਜੂੰ ਨਹੀਂ ਸੜਕਦੀ ਪਈ। ਹਾਂਜੀ, ਜਿੱਦਾਂ ਤੁਸੀਂ ਕਿਹਾ ਹੀ ਹੈ ਵੀ ਇਕੱਲੇ ਕਿਸੇ ਖੇਡ ਜਾਤ ਜਾਂ ਕਬੱਡੀ ਜਾਂ ਐਕਪਾ ਨੂੰ ਸੀਮਤ ਨਾ ਕਰੀਏ, ਇਹ ਸਾਰੇ ਪੰਜਾਬ ਦਾ ਤਾਂ ਸਾਰੇ ਦੇਸ਼ ਦੇ ਜਿਹੜੇ ਮਿਹਨਤ ਕਸ਼ ਲੋਕ ਆ ਉਹਨਾਂ ਦੀ ਇੱਕ ਆਵਾਜ਼ ਇੱਥੇ ਦਿੱਲੀ ਬੁਲੰਦ ਕੀਤੀ ਆ, ਇਹ ਸਾਰਿਆਂ ਦੇ ਫਰਜ਼ ਆ ਵੀ ਘਰੋ ਘਰ ਨਿਕਲਣਾ ਤਾਂ ਕਿ ਆਪਾਂ ਅੰਦੋਲਨ ਜਿਹੜਾ ਇਤਿਹਾਸ ਵਿੱਚ ਜਿੱਡਾ ਅੰਦੋਲਨ 100 ਸਾਲਾਂ ਵਿੱਚ ਨਹੀਂ ਹੋਇਆ ਜਿੱਡਾ ਦਿੱਲੀ ਦੀ ਧਰਤੀ 'ਤੇ ਹੋ ਰਿਹਾ ਆ, ਇੰਟਰਨੈਸ਼ਨਲ ਮੀਡੀਆ ਤੱਕ ਇਹਦੀ ਗੂੰਜ ਸੁਣਾਈ ਦਿੰਦੀ ਆ, ਅਤੇ ਕੋਈ ਗੱਲ ਨਹੀਂ, ਐਡੇ ਵੱਡੇ ਮਸਲੇ ਆ, ਪਹਿਲੇ ਦਿਨ ਦੀਆਂ ਵਾਰਤਾ ਦੇ ਨਾਲ ਉਹ ਸਿਰੇ ਨਹੀਂ ਚੜ੍ਹਦੇ, ਉਹ ਕਈ ਦੌਰ ਵਿੱਚੋਂ ਆਪਣੇ ਵਾਰਤਾ ਨੂੰ ਗੁਜ਼ਰਨਾ ਪੈਂਦਾ ਹੈ, ਅਤੇ ਅਸੀਂ ਹੋਪਫੁੱਲ ਹਾਂ ਵੀ ਇਹਦਾ ਕੋਈ ਨਾ ਕੋਈ ਸੁੱਤਾ ਜਲਦੀ ਨਿਕਲੂਗਾ ਜੀ। ਕਿਸਾਨਾਂ ਵਾਲੀ ਚੰਗੇੜੀ ਖਬਰ ਇਹ ਆਈ ਹੈ ਕਿ UP ਦੇ ਕਿਸਾਨ ਉੱਠ ਜਾ ਖੜ੍ਹੇ ਹੋਏ ਨੇ, ਪੱਛਮੀ ਉੱਤਰ ਪ੍ਰਦੇਸ਼ ਵੱਲੋਂ ਵੱਡਾ ਕਾਫਲਾ ਆਇਆ ਅਤੇ ਗਾਜ਼ੀਪੁਰ ਜਿਹੜਾ ਬਾਰਡਰ ਹੈ ਉੱਥੇ ਪੁਲਿਸ ਨਾਲ ਉਹਨਾਂ ਦੀ ਜਿਹੜੀਆਂ ਝੜਫਾਂ ਚੱਲਦੀਆਂ ਪੈਣੀਆਂ, ਉਹ ਕਹਿ ਰਿਹਾ ਕਿ ਅਸੀਂ ਅੰਦਰ ਆਉਣਾ ਹੈ ਅਤੇ ਜੰਤਰ ਮੰਤਰ 'ਤੇ ਜਾ ਕੇ ਬੈਠਣਾ, ਅਤੇ ਸਮਰਥਨ ਰੋਜ਼ਾਨਾ ਘੰਟੇ ਬਾਅਦ ਜਿਹੜੇ ਘੰਟੇ ਬਾਅਦ ਨਵੀਂ ਅਪਡੇਟ ਆਉਂਦੀ ਹੈ ਤਾਂ ਜਿਹੜਾ ਇੱਕ ਨਵਾਂ ਜਿਹੜਾ ਕਾਫਲਾ ਜੁੜ ਜਾਂਦਾ। ਬਿਲਕੁਲ, ਅਸਲ ਦੇ ਵਿੱਚ ਨਾ ਜੀ ਸੈਂਟਰ ਸਰਕਾਰ ਦੀਆਂ ਕਈ ਨੀਤੀਆਂ ਇਹੋ ਜਿਹੀਆਂ ਵਾ ਜਿਹਦਾ ਕਿ ਪੂਰੇ ਮੁਲਕ ਦੇ ਵਿੱਚ ਇੱਕ ਜਨ ਆਕਰੋਸ਼ ਆ, ਇੱਕ ਵਿਰੋਧ ਆ, ਉਹ ਇੱਕ ਕੋਈ ਪਲੇਟਫਾਰਮ ਜਾਂ ਸਟੇਜ ਇਹੋ ਜਿਹੀ ਲੱਭਦੇ ਸੀ ਜਿੱਥੇ ਸਿੱਧੀ ਆਪਣੀ ਆਵਾਜ਼ ਸੁਣਾਈ ਦੇ ਸਕੇ ਉਹਨਾਂ ਦੀ। ਸੋ ਉਹਨਾਂ ਸਾਰਿਆਂ ਨੂੰ ਲੱਗ ਰਿਹਾ ਕਿ ਹੁਣ ਜਿੰਨਾ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਪਿਆ, ਇਸ ਤੋਂ ਵੱਡਾ ਮੌਕਾ ਕੋਈ ਨਹੀਂ ਹੈ, ਸਾਰੇ ਇਸ ਸੰਘਰਸ਼ ਨੂੰ ਵੱਡਾ ਕਰੀਏ। ਸਾਡੀ ਸੋਚ ਤਾਂ ਇਹ ਆ ਵੀ ਹੌਲੀ ਹੌਲੀ ਇਹ ਜਨ ਅੰਦੋਲਨ ਜੇ ਸੈਂਟਰ ਸਰਕਾਰ ਨੇ ਨਾ ਸਮਾਪਤ ਕੀਤਾ ਤਾਂ ਇਕੱਲੇ ਖੇਤੀ ਦੀਆਂ ਮੰਗਾਂ ਨੂੰ ਵੱਧ ਕੇ ਇਹ ਸਾਰੇ ਮੁਲਕ ਦੇ ਜੋ ਇਸ ਵੇਲੇ ਦੇ ਡਿਮਾਂਡਾਂ ਉਹ ਸਾਰੀਆਂ ਇਸ ਇਹਨਾਂ ਸਟੇਜਾਂ ਤੋਂ ਹੀ ਮੰਗੀਆਂ ਜਾਣਗੀਆਂ। ਅਸੀਂ ਕਾਫੀ ਦਿਨਾਂ ਤੋਂ ਇੱਥੇ ਮੌਜੂਦ ਹਾਂ, ਜਿਹੜੇ ਲੋਕ ਆ ਉਹਨਾਂ ਦੇ ਮਨਾਂ ਵਿੱਚ ਸਾਫ ਇੱਥੇ ਗੁੱਸਾ ਦਿਖਾਈ ਦੇ ਰਿਹਾ, ਕਿਉਂਕਿ ਜਿੰਨੇ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਇੱਥੋਂ ਦੇ ਲੋਕਲ ਲੋਕਾਂ ਦੇ ਜਿਹੜੇ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਆ, ਪਰ ਅੱਜ ਸਵੇਰੇ ਸਾਡੀ ਉਹਨਾਂ ਨਾਲ ਵੀ ਗੱਲਬਾਤ ਹੋਈ, ਉਹਨਾਂ ਨੇ ਸਾਫ ਤੌਰ 'ਤੇ ਜਿਹੜਾ ਆਪਣੀ ਭੜਾਸ ਕੱਢੀ ਹੈ ਕੇਂਦਰ ਸਰਕਾਰ ਖਿਲਾਫ਼, ਤੋਂ ਜਦੋਂ ਇੱਦਾਂ ਦਾ ਸਮਰਥਨ ਮਿਲਦਾ ਹੈ ਉਹਨਾਂ ਲੋਕਾਂ ਤੋਂ ਜਿਨ੍ਹਾਂ ਦਾ ਖੇਤੀ ਦੇ ਨਾਲ ਕੋਈ ਵਾਸਤਾ ਨਹੀਂ ਗਾ, ਅਤੇ ਬਹੁਤ ਜਿਹੜਾ ਪ੍ਰਭਾਵਿਤ ਹੋਣ ਵਾਲਾ ਹੈ ਅੰਦੋਲਨ। ਦੇਖੋ, ਆਪਣੇ ਜਿਹੜੇ ਮੁਲਕ ਆ ਇਹ ਖੇਤੀਬਾੜੀ ਦੇ ਆਧਾਰਿਤ ਮੁਲਕ ਪਹਿਲੇ ਦਿਨ ਤੋਂ ਹੀ ਗਿਣਿਆ ਆ, ਚਾਹੇ ਬਾਹਰਲਿਆਂ ਆਏ ਚਾਹੇ ਈਸਟ ਇੰਡੀਆ ਕੰਪਨੀਆਂ ਖੇਤੀ ਦੇ ਕਬਜ਼ਾ ਕਰਨ ਲਈ ਇੱਥੇ ਆਏ ਆ, ਹੁਣ ਜਿਹੜਾ ਕਾਰਪੋਰੇਟ ਜਗਤ ਆ ਇਹ ਕਰ ਰਿਹਾ, ਜੇ ਵੱਡੇ ਕਾਰਪੋਰੇਟ ਘਰਾਣੇ ਇੱਥੇ ਕਬਜ਼ਾ ਕਰਨਗੇ ਛੋਟੇ ਜਿਹੜੇ ਆਟੋਮੈਟਿਕਲੀ ਉਹਨਾਂ ਨੂੰ ਵੀ ਖਤਰੇ ਦੀ ਜਿਹੜੀ ਭਾਵਨਾ ਮਹਿਸੂਸ ਹੋਵੇਗੀ। ਸੋ ਵਪਾਰੀ ਵਰਗ ਤੋਂ ਲੈ ਕੇ ਸਾਰੇ ਜਿੰਨੇ ਵਰਗ ਆ ਖੇਤੀ ਨਾਲ ਜੁੜੇ ਹੋਣ ਚਾਹੇ ਨਾ ਜੁੜੇ ਹੋਣ, ਇਹ ਸਾਰਿਆਂ ਦੇ ਅੰਦੋਲਨ ਇੱਕ ਬਣ ਗਿਆ ਅਤੇ ਇੱਕ ਵੱਡਾ ਜਿਹੜਾ ਇਹ
अपना मैसेज दुनिया के बच्चे दे रहा है कि हाँ हिंदुस्तान की धरती से हिलजुल शुरू हो गई, जल्दी नतीजे सामने आएंगे जी। ये नैशनल हाईवे है दिल्ली तो अमृतसर जाने वाला, इतने हलचल रहती है, गड्डिया इतने सड़क पार करनी मुश्किल हो गई है, इन्ने दिनों तो गड्डिया के चक्के जाम आ, जिहड़ा आर्थिक तौर पर भी देश नूं वड्डा नुकसान हो रहा, उहदी जिम्मेवार खुद ही सरकार आ, आर्थिक पक्षों भी देश नूं ढा लग रही है, पर सरकार दे जा क्यों नहीं रही, की उहदे उहदी मंशा की है सरकार दी? सरकारां नूं इह हुंदा वी जिहड़े अंदोलन आ इह ज़्यादा चिर स्थाई रहण वाले नहीं होंदे, वी किसे ना किसे तरह भन्न तोड़ करके जां अपने शरारती आंसरे दे विच घसा के आपां इहदा काम कर दईए। हुण पिछे जिहे थोड़ी जिही मीडिया दी इक दो मीडिया दी इक साडी भैण सी उहदे नाल बात सलूकी, इत्थे कुछ लोकां ने शरारती आंसरां नहीं कीती, असी सारे पंजाब के जिम्मेवार नागरिक होने के नाते उसकी निखेधी करते हैं, क्योंकि पंजाबी अपने धियां भैणों की इज्जतों लिए जाने जाते, रखने लिए जाने जाते हैं, ना कि उन्होंने मजाक का पात्र बनाने लिए। सो असी सारे देश तो ये आस करते हैं, वड्डा हंगारा भी मिल रहा वा, तो जल्दी ये भी है कि एक दो दौर शायद होर मीटिंग होन, तो जल्दी यदा नतीजे तो सामने आने जी। हम अंतरराष्ट्रीय मीडिया भी चर्चा है किसान अंदोलन की, न्यूयॉर्क के प्रदर्शन होए ने, यूके के प्रदर्शन होने, जिथे जिथे पंजाबी वसे ने उत्थे जिहड़ियां भारतीय दूतावास ने उत्थे उन्होंने अगे जा के धरने शुरू कर दिए ने, मतलब जिहड़ा अंदोलन है देश तो निकल के विदेश में पहुँच गया। हाँ जी बिल्कुल बिल्कुल, तुम सही गल कह रहे हैं, हुण चाहे इंग्लैंड ला लो, अमेरिका, कनेडा, आस्ट्रेलिया, किसी भी तुसीं दुनिया के कोने विच ला लो, जिहड़ियां अपनियां अंबैसियां उन्हां दे सामने प्रदर्शन होण लग पए आ, कनेडा दे ईवन PM साहब ने भी अपनी स्टेटमेंट दे दित्ती आ कि पंजाब दे किसानां दा पक्ष सुणिया जाणा चाहीदा, क्यों ये गल उन्हां दे कन्नां तक पहुँची, अपना वड्डा भाईचारा उत्थे मौजूद आ, उन्होंने अपनी मौजूदगी उत्थे दर्ज कराई आ, तां इक देश दा जिहड़ा वड्डे अपने लीडर आ, प्रधानमंत्री आ, उन्हां नूं इहे उत्थे बयान देना पिया जी। तो तमाम इन्हें टोनी रुड़का के नाल तमाम इतने खिडारी मौजूद ने, एक बार कैमरे के मैं कहना सारे खिडारियों दिखा दिता जाए, तो हम गलबात करांगे मनजिंदर सीचेवाल जी। मनजिंदर सीचेवाल जी पहला तो करांगे, ये संत सीचेवाल हुणां दा भी इतने काफिला पहुँच रहा, उन्होंने भी लंगर की जी सेवा शुरू कर दी गई है, तो थोड़े नाल होर भी खिडारी आए ने, की कहना चाहते? हाँ जी, तकरीबन जिन्ने के प्लेयर अपने अपने इतने पहुँच रहे जी, तो सारे इस चीज़ को अपने सारे इस चीज़ का घाटा जो आपां प्लेयर होने तो पहला असी सारे किसान हाँ, प्लेयर बाद चो आई, इस करके चीज़ सारे लेनी चाहिए, इतने पहुँचना चाहिए जी, सारे पहुँच रहे, वो भी राशन लैके कुटी वाली संत भी पहुँच रहे इतने। एक खास चीज़ इतने देखने मिल रही है धरनिया के, क्योंकि थां थां लंगर मिलते, और असी भी इतने रोज़ लंगर प्रशादा छकते हैं, जदों असी इतने जाने कवर कर अगे जाने असी पिछे जाने तो हाथी छावा कीतिया जाए, इतने जोड़े साढ़े पंजाबी वसे ने, कल पंजाबियों लंगर नहीं छकाए, किसी भी फिरके लोग हो आवाजा मार के लंगर छकाते हैं। एक होर जी पंजाबियों की खासियत है, वो उदाहरण भी इतने साफ तौर पर मिल रही है। हाँ जी देखो जी, चलो अपने भी किसान पंजाबी किसान है, तो हम हरियाणे उ भी किसान है जी, सारे जने कोई भी आ लंगर कोई भी छक सकता, किसी को मनाही नहीं जी, सारे इतने चलो अपने इतने आते हैं, सारे दिल्ली के भी लोग छकते हैं जी, इतने जोड़े कोई फैक्ट्रिया कोई भी आ, किसी ना नहीं, सारे लिए लंगर खुला जी। तो साढ़े होर कबड्डी खिडारी भी मौजूद ने भाजी, तुम्हें की कहना? असं यही कहना चाहते हैं जी, ये संघर्ष जोड़ा सेंटर गौरमेंट नू पहलों 2 महीने पंजाब चलिया, उन्होंने काम से जून ही सरकी, वह कहते शायद हट जाएंगे अंदोलन भी, उन्होंने मीडिया राही कवर करते रहे, नैशनल मीडिया ने नहीं साड़ी खबर उतों तक पहुँचाई, पता नहीं क्योंकि गोदी मीडिया वा सेंटर सरकार का, हम वर्ल्ड लैवल से गल पहुँच चुकी आ, सारे ये गल सारे हरेक वर्ग के यही इंसान के दिल में भी असी जित के वास मना, चाहे महीना लै लैन, चाहे 5 दिन लै लैन, चाहे 7 लैन, वो उन्हां दी मर्जी आ, भी जदों नूं सानूं साडे बैल वापस लै लैन असीं चल जाँगे, उस किसे गल दी साडी शर्त नहीं, लंगर वाधू आ जी, ये बाबे नानक दा लंगर आ, जिथे मर्जी जे वर्ल्ड चल जाओ ये लंगर चलना ही चलना, ये किसी एक दा इंसान का लंगर नहीं, ये कोई भी छक सकदा किसी नूं ना नहीं, चाहे साडा दुश्मन ही होवे उहनूं भी छकाया जाता भी भाई लंगर छको जी। बहुत वड्डी तुसीं गल कही है, क्योंकि जिहड़े इत्थे पुलिस जवान से जिन्हां नाल झड़पां हुंदियां सी उन्हां नूं भी लंगर छकाया जा रहा, उन्हां नूं भी जाके असीं खुद देखिया कि बार्डर ते जिहड़े खड़े ने नौजवान दिल्ली पुलिस के, उन्होंने वार बार साडे नौजवान जाके उत्थे पुछ रहे ने भी तुहानू कोई चीज़ तो नहीं चाहिए खाने लिए, लंगर नहीं चाहिए, चाह चाहिए, तो बहुत ही एक भाईचारक संदेश का भी सुनेहा दे रहा है अंदोलन। हाँ जी बिल्कुल जी, हम टक्कर दे आ, हम एक सवेरे स्टेज के लागे खड़े से, पिछे मुंडा आया महाराष्ट्र का सी स्टूडेंट सगा, उन्हें मैनू आवाज मारी कहिंदा भाई साहब सलूट आ, भी सुनिया था पहले तुम्हारा सुना था भी ऐसे लोग हैं ये, तो पर हम देख लिया अखी देख के गया है, उसने मेरे धन्यवाद किया भी भाई साहब भी बहुत अच्छा है काम देख लिया, जिंदगी में नहीं सुना था भी हम लोग को देखने का भी मौका मिल गया, इस करके ये सरकारों को ये मैसेज आ, चलो उन्होंने रब वालों ही यह गल हुई आ, सारे के मन में ये चीज़ आई आ भी असी आना, अंदोलन का हिस्सा बन गया, मीडिया ने इतिहास लिखा जाऊ,
इतिहास के होगा भी इन्हां सरकारां दा नहीं कोई दोष है, रब वल्लों ही होया भी लोगों को दिखाया जाऊगा भी पंजाबी एक ऐसी कौम आ भी इहदे विच कई कमियां जिहड़ियां हुण दूर होणगियां, क्योंकि पहलों आपां नूं उत्थे पास करन दे आ लोगों को यह चीज़ का पता नहीं लगना सी। ये रब की मर्जी है भी इन्होंने की रब ने कितने ले जाके की करना जी, ये उन्होंने देन आ जी सारे दिलों, क्योंकि कहण ते भी नहीं कट्ठे होंदे सी लोग, हुण अपने आप मुहारे हो गए तो लोगों के मन में गुस्सा वा ये जज्बा लेके आया, क्योंकि परमात्मा का जज्बा उन्होंने दिता उस करके ये आ गया सारे इतने, नहीं तो किसी कल का काम नहीं भी एक बंदा इन्होंने लाया नहीं लिया सकता सी, ये उन्होंने परमात्मा की देन है जी। बहुत बहुत धन्यवाद। तो जिन्हें भी खिडारियों की गल की है ये एक कबड्डी खिडारी के रूप च नहीं इतने शामिल होए, किसान के रूप में शामिल होने ने और लगातार इतने जिदा भी किसानों के नाल जिस तरह के भी संघर्ष की लड़ पैंती है उस तरह ही ये किसानों का जोड़ा साथ दे रहे हैं। कैमरामैन परमजीत सिंह ते राजू मालड़ी के नाल इंद्रजीत सिंह चाल NRI मीडिया कुंडली बॉर्डर दिल्ली।